ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੈਨ ਵਾਖਦੇ ਹਾਂ। ਸੋ ਤਾਂ ਪ੍ਰੋਗਰਾਮ ਅਪਡੇਟ ਅਮੈਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ, ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 4 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰ ਉਹਨਾਂ ਦਾ ਧੰਨਵਾਦ ਕਰਦੇ ਹਾਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500, 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਜਿਹੜੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਜਿਹੜਾ ਉਹ ਆ ਚੁੱਕਾ ਆ, ਉਸ ਦੇ ਬਾਰੇ ਜਾਣਕਾਰੀ ਲਈ ਕਾਲ 408-272-2500 ਦੇ ਉੱਤੇ ਜੀ। ਅਤੇ ਆਪਾਂ ਜਿਹੜੀਆਂ ਜੀ ਇਸ ਦੇ ਨਾਲ ਨਾਲ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ ਤੋਂ, ਅਮਰਜੀਤ ਸਿੰਘ ਸਟਾਕਟਨ ਤੋਂ, ਗੁਰਮੀਤ ਸਿੰਘ ਗਿੱਲ ਕਲੋਵਿਸ ਤੋਂ, ਸਤਨਾਮ ਸਿੰਘ ਯੂਬਾ ਸਿਟੀ ਬੀਸਲਾ ਪਰਿਵਾਰ ਫਰੈਜ਼ਨੋਂ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-9796 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ, ਜਿਹੜੀ ਖਬਰਾਂ ਆ ਰਹੀਆਂ, ਸਭ ਤੋਂ ਪਹਿਲੀ ਖਬਰ ਹੈਗੀ ਆ ਸਭ ਜਿਹੜੀ US ਦੀ ਸੁਪਰੀਮ ਕੋਰਟ ਆ ਉਹ ਲੂਜ਼ੀਆਨਾ ਦੇ ਵਿੱਚ ਜਿਹੜਾ ਅਬੋਰਸ਼ਨ ਲਾਅ ਹੈਗਾ ਉਹਦੇ ਉੱਤੇ ਜਿਹੜਾ ਆ ਹੁਣ ਰਿਵਿਊ ਕਰਨ ਜਾ ਰਹੀ ਹੈਗੀ ਆ। ਸਾਰਿਆਂ ਨੂੰ ਪਤਾ ਆ ਵੀ ਜਿਹੜਾ ਅਬੋਰਸ਼ਨ ਵਾਲਾ ਇਸ਼ੂ ਆ ਇਹ ਬਹੁਤ ਹੀ ਇੰਪੋਰਟੈਂਟ ਹੈਗਾ USA ਦੇ ਵਿੱਚ। ਅਤੇ ਅੱਜ ਸਵੇਰੇ ਜਿਹੜੀ US ਦੀ ਸੁਪਰੀਮ ਕੋਰਟ ਆ ਉਹਨਾਂ ਨੇ ਇਹ ਕਿਹਾ ਵੀ 2014 ਦਾ ਜਿਹੜਾ ਲਾਅ ਹੈਗਾ ਆ ਵੀ ਡਾਕਟਰਸ ਨੂੰ ਜਿਹੜਾ ਰਿਕੁਆਇਰ ਕਰਦਾ ਸੀ ਅਬੋਰਸ਼ਨ ਕਲੀਨਿਕਸ ਨੂੰ ਜਿਹੜਾ ਹੋਸਪਿਟਲ ਦੇ ਲਾਗੇ ਜਿਹੜੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਅਬੋਰਸ਼ਨ ਕਰਨੀ ਆ ਉਹਨਾਂ ਦੇ ਹੱਕ 'ਚ ਜਾਂ ਨਾਂ 'ਚ, ਅਤੇ ਉਹਦੇ ਉੱਤੇ ਉਹ ਜਿਹੜਾ ਆ ਅੱਜ ਜਿਹੜਾ ਆ ਸੁਣਨ ਜਾ ਰਹੇ ਹੈਗੇ ਆ। ਅਗਲੀ ਜਿਹੜੀ ਗੱਲ ਕਰਦੇ ਹਾਂ, ਜਿਹੜੇ ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਦੀ ਜਿਹੜੀ ਇਨਕੁਆਇਰੀ ਆ ਉਸ ਦੇ ਵਿੱਚ ਕਾਫੀ ਜ਼ਿਆਦਾ ਇਸ ਟਾਈਮ ਮਾਹੌਲ ਗਰਮਾਇਆ ਹੋਇਆ ਆ। ਇੱਕ ਪੋਲ ਦੇ ਮੁਤਾਬਕ ਜਿਹੜੇ ਅਮਰੀਕੀ ਲੋਕ ਆ ਇੰਪੀਚਮੈਂਟ ਦੇ ਹੱਕ ਦੇ ਵਿੱਚ ਹੌਲੀ ਹੌਲੀ ਜਿਹੜੇ ਉਹ ਵੱਧ ਰਹੇ ਆ, 45% ਤੱਕ ਜਿਹੜੇ ਕਈ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਆ ਉਹ ਕਹਿ ਰਹੇ ਆ ਵੀ ਹਾਂ ਇੰਪੀਚਮੈਂਟ ਦੀ ਇਨਕੁਆਇਰੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਇਸਦੇ ਵਿੱਚ ਪਾਰਟੀਜ਼ਨ ਡਿਵਾਈਡ ਕਾਫੀ ਵੱਡਾ ਜਿਹੜਾ ਉਹ ਦੇਖਣ ਨੂੰ ਮਿਲਿਆ, ਉਹਨਾਂ ਵਿੱਚੋਂ 74% ਜਿਹੜੇ ਡੈਮੋਕਰੇਟਸ ਆ ਉਹ ਕਹਿ ਰਹੇ ਆ ਵੀ ਇੰਪੀਚਮੈਂਟ ਇਨਕੁਆਇਰੀ ਹੋਣੀ ਚਾਹੀਦੀ, 17% ਜਿਹੜੇ ਰਿਪਬਲਿਕਨਸ ਆ ਉਹ ਇੰਪੀਚਮੈਂਟ ਵਾਲੇ ਪਾਸੇ ਨੂੰ ਜਿਹੜਾ ਉਹ ਕਰ ਰਹੇ ਨੇ। ਸੋ ਇਹ ਇੱਕ ਜਿਹੜਾ ਨਵਾਂ ਪੋਲ ਇਸ ਟਾਈਮ ਆਇਆ ਆ। ਸੋ ਇਸ ਦੇ ਨਾਲ ਹੀ ਜਿਹੜਾ ਦੱਸ ਜਾਈਏ ਵੀ ਜਿਹੜਾ ਹਾਊਸ ਦੇ ਸਪੀਕਰ ਹੈਗੀ ਆ ਨੈਨਸੀ ਪਲੋਸੀ, ਉਹਨਾਂ ਨੇ ਵਾਈਟ ਹਾਊਸ ਨੂੰ ਆਖਿਆ ਵੀ ਸਾਡੀ ਜਿਹੜਾ ਇਸ ਦੇ ਵਿੱਚ ਇੰਪੀਚਮੈਂਟ ਇਨਕੁਆਇਰੀ ਦੇ ਵਿੱਚ ਸਾਥ ਦਿਓ। ਉਸ ਦੇ ਜਵਾਬ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਨੈਨਸੀ ਪਲੋਸੀ ਨੂੰ ਜਿਹੜੀ ਚਿੱਠੀ ਲਿਖੀ ਆ ਉਹਨਾਂ ਨੇ ਕਿਹਾ ਵੀ ਮੈਂ ਤੈਨੂੰ ਇੱਕ ਹਿਸਾਬ ਦੇ ਨਾਲ ਸ਼ਰਤ ਲਾਉਂਦਾ ਹੈ ਵੀ ਤੂੰ ਕਰ ਇਨਕੁਆਇਰੀ ਦੀ ਜਿਹੜੀ ਵੋਟ ਆ ਉਹ ਕਰਵਾ। ਅਤੇ ਵਾਈਟ ਹਾਊਸ ਨੇ ਜਿਹੜਾ ਉਹ ਆਖਿਆ ਵੀ ਜੇ ਫੁੱਲ ਹਾਊਸ ਦੀ ਵੋਟ ਹੋਣ ਤੋਂ ਬਾਅਦ ਦੇ ਵਿੱਚ ਹੀ ਉਹ ਜੇ ਕਿਸੇ ਇੰਪੀਚਮੈਂਟ ਇਨਕੁਆਇਰੀ ਆ ਉਸ ਦੇ ਸੰਬੰਧ ਦੇ ਵਿੱਚ ਕੋਈ ਦਸਤਾਵੇਜ਼ ਜਾਂ ਕੋਈ ਮਦਦ ਆ ਜਿਹੜੀ ਆ ਉਹਨਾਂ ਦੇ ਨਾਲ ਜਿਹੜੀ ਉਹ ਕਰਨਗੇ। ਸੋ ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਨੇ ਪਬਲਿਕਲੀ ਜਿਹੜਾ ਆ ਯੂਕਰੇਨ ਨੂੰ ਅਤੇ ਚਾਈਨਾ ਨੂੰ ਜਿਹੜਾ ਆ ਉਹ ਗਹਾਰ ਲਾਈ ਵੀ ਜਿਹੜੇ ਬਾਇਡਨ ਆ, ਬਾਇਡਨ ਪਰਿਵਾਰ ਆ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਕਰੋ। ਇਹ ਜਿਹੜੀ ਇੱਕ ਕਾਫੀ ਵੱਡਾ ਜਿਹੜਾ ਮਸਲਾ ਹੈ ਵੀ ਬਾਹਰਲੀਆਂ ਸ਼ਕਤੀਆਂ ਦਾ ਆਪਣੇ ਜਿਹੜੇ ਸਿਆਸੀ ਵਿਰੋਧੀ ਦੇ ਜਿਹੜੇ ਬਾਹਰਲੀਆਂ ਮਤਲਬ ਵੀ ਫੋਰਨ ਮੁਲਕਾਂ ਦੀ ਜਿਹੜੀ ਸ਼ਕਤੀ ਆ ਉਹਨਾਂ ਦਾ ਜਿਹੜਾ ਮਦਦ ਲੈਣੀ ਆਪਣੇ ਸਿਆਸੀ ਵਿਰੋਧੀ ਨੂੰ ਥੱਲੇ ਕਰਨ ਦੇ ਲਈ ਉਹ ਕਾਫੀ ਇੱਕ ਚਿੰਤਾਜਨਕ ਜਿਹੜਾ ਵਿਸ਼ਾ ਉਹ ਇਸ ਟਾਈਮ ਬਣਿਆ। ਆਈ ਥਿੰਕ ਅਜਿਹੀਆਂ ਗੱਲਾਂ ਕਰਕੇ ਸ਼ਾਇਦ ਜਿਹੜੇ ਪੋਲਸ ਆ ਉਹ ਹੌਲੀ ਹੌਲੀ ਤਾਂ ਨੂੰ ਜਿਹੜੇ ਇੰਪੀਚਮੈਂਟ ਵਾਲੇ ਪਾਸੇ ਨੂੰ ਵੱਧ ਰਹੇ ਆ। ਜ਼ਿਕਰ ਜੋ ਗੱਲ ਹੈਗੀ ਆ ਵੀ ਜਦੋਂ ਵਾਟਰਗੇਟ ਦਾ, ਨਿਕਸਨ ਦਾ ਜਿਹੜਾ ਮਸਲਾ ਜਿਹੜਾ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਵੀ ਜਦੋਂ ਸ਼ੁਰੂਆਤੀ ਦੌਰ ਸੀਗਾ ਇੰਪੀਚਮੈਂਟ ਇਨਕੁਆਇਰੀ ਦਾ ਉਦੋਂ ਬਹੁਤੇ ਲੋਕ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਸੀਗੇ, ਪਰ ਹੌਲੀ ਹੌਲੀ ਜਿਹੜੇ ਲੋਕ ਆ ਜਿੱਦਾਂ ਇਹਦਾ ਤੱਥ ਜਿੱਦਾਂ ਇਹਨਾਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਗਈਆਂ ਤਾਂ ਇੰਪੀਚਮੈਂਟ ਵਾਲੇ ਹੱਕ ਨੂੰ ਜਿਹੜੇ ਉਹ ਵੱਧਦੇ ਗਏ ਆ। ਸੋ ਦੇਖਦੇ ਹਾਂ ਵੀ ਇਸ ਇੰਪੀਚਮੈਂਟ ਇਨਕੁਆਇਰੀ ਦਾ ਜਿਹੜਾ ਆ ਉਹ ਕੀ ਰੁੱਖ ਰਹੇਗਾ, ਪਰ ਜਿਹੜੇ ਹਾਲਾਤ ਨੇ ਕਾਫੀ ਜ਼ਿਆਦਾ ਇਸ ਟਾਈਮ ਨਾਜ਼ੁਕ ਜਿਹੜੇ ਆ ਉਹ ਕਹਿ ਸਕਦੇ ਆ ਵੀ ਉਹ ਬਣੇ ਹੋਏ ਆ।
ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਆਪਣੇ ਵੱਲੋਂ ਵਾਪਸੀ ਜਿਹੜੇ ਜਵਾਬੀ ਅਟੈਕ ਆ ਉਹ ਲਗਾਤਾਰ ਕਰ ਰਹੇ ਆ। ਜਿਹੜੇ ਐਡਮ ਸ਼ਿਫ ਆ ਉਹਨਾਂ ਨੇ ਅਸਤੀਫੇ ਦੀ ਵੀ ਜਿਹੜੀ ਉਹ ਮੰਗ ਕੀਤੀ। ਉਹਨਾਂ ਨੇ ਕਿਹਾ ਵੀ ਤੂੰ ਸ਼ਰੇਆਮ ਜਿਹੜਾ ਉਹ ਝੂਠ ਬੋਲਿਆ ਆ ਅਤੇ ਤੁਹਾਡੇ ਕੋਲ ਇੱਦਾਂ ਦਾ ਕੋਈ ਅਖਤਿਆਰ ਜਿਹੜਾ ਉਹ ਨਹੀਂ ਹੈਗਾ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਕੀ ਬਣਦਾ ਹੈਗਾ ਆ। ਪਰ ਤਲਖੀ ਜਿਹੜੇ ਦੋਨੇ ਖੇਮਿਆਂ ਦੇ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈਗੀ ਆ। ਇੱਕ ਹੋਰ ਚੀਜ਼ ਹੈਗੀ ਜਦੋਂ ਰਾਸ਼ਟਰਪਤੀ ਟਰੰਪ ਇੱਦਾਂ ਦਾ ਪਬਲਿਕਲੀ ਬਾਹਰਲੇ ਮੁਲਕ ਦੀ ਮਦਦ ਦੀ ਮੰਗ ਕਰਦੇ ਆ ਤਾਂ ਉਹਨਾਂ ਦੇ ਜਿਹੜੇ ਅਲਾਈਜ਼ ਆ ਉਹਨਾਂ ਦੇ ਜਿਹੜੇ ਸਾਥੀ ਆ ਉਹਨਾਂ ਦੇ ਕੋਲ ਫਿਰ ਬਹਾਨੇ ਹੌਲੀ ਹੌਲੀ ਜਿਹੜੇ ਉਹ ਕਹਿੰਦੇ ਆ ਘੱਟ ਰਹੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਇਸ ਸੰਬੰਧ ਵਿੱਚ ਕੀ ਬਣਦਾ ਹੈਗਾ ਆ। ਜੀ, ਅਤੇ ਦੂਸਰੇ ਪਾਸੇ ਜਿਹੜੇ ਕੈਵਨ ਮਕਾਰਥੀ ਹੈਗੇ ਆ ਹਾਊਸ ਦੇ ਮਿਨੋਰਟੀ ਲੀਡਰ, ਉਹਨਾਂ ਨੇ ਨੈਂਸੀ ਪਲੋਸੀ ਨੂੰ ਕਿਹਾ ਆ ਵੀ ਜਿਹੜੀ ਇੰਪੀਚਮੈਂਟ ਇਨਕੁਆਇਰੀ ਆ ਇਹ ਬੰਦ ਕਰਨੀ ਚਾਹੀਦੀ ਹੈਗੀ ਆ। ਅਤੇ ਨਾਲ ਦੀ ਨਾਲ ਜਿਹੜਾ ਪ੍ਰੈਜੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਇਹ ਟਵੀਟ ਕੀਤਾ ਹੈਗਾ ਵੀ ਜਿਹੜੇ ਮਕਾਰਥੀ ਵਰਗੇ ਆ ਇਹਨੂੰ ਮੈਂ ਚਾਹੁੰਦਾ ਹਾਂ ਵੀ ਆਉਣ ਵਾਲੇ ਸਮੇਂ 'ਚ ਇਹ ਸਪੀਕਰ ਹਾਊਸ ਦਾ ਹੋਊਗਾ। ਸੋ ਇਸ ਤਰ੍ਹਾਂ ਦੇ ਨਾਲ ਪੂਰਾ ਜਿਹੜਾ ਆ ਇਹ ਇੱਕ ਤਰ੍ਹਾਂ ਦੇ ਨਾਲ ਇਕੱਲਾ ਪ੍ਰੈਜੀਡੈਂਟ ਨਹੀਂ, ਕਾਂਗਰਸ ਦੇ ਵਿੱਚ ਆਉਣ ਵਾਲੇ ਜਿਹੜੇ ਕਾਂਗਰਸਮੈਨ ਹੋਣੀਆਂ ਇਲੈਕਸ਼ਨ, ਸੋ ਉਹਨਾਂ ਦੇ ਉੱਤੇ ਵੀ ਜਿਹੜਾ ਅਸਰ ਇਹ ਪੈਣਾ ਹੈਗਾ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਐਂਬਰ ਗਾਇਗਰ ਜਿਹੜੀ ਸੀਗੀ ਜਿਸਨੇ ਇੱਕ ਅਕਾਊਂਟੈਂਟ ਦੇ ਘਰ ਜਾ ਕੇ ਗਲਤ ਅਪਾਰਟਮੈਂਟ 'ਚ ਵੜ ਕੇ ਉਸ ਦੇ ਘਰ ਦੇ ਵਿੱਚ ਹੀ ਉਸਨੂੰ ਗੋਲੀ ਮਾਰ ਕੇ ਜਿਹੜੀ ਉਸਦੀ ਹੱਤਿਆ ਕਰ ਦਿੱਤੀ ਸੀ, ਉਸਨੂੰ ਮਰਡਰ ਦਾ ਜਿਹੜਾ ਦੋਸ਼ੀ ਉਹ ਘੋਸ਼ਿਤ ਕਰ ਦਿੱਤਾ ਗਿਆ ਸੀ ਕੱਲ੍ਹ। ਪਰ ਉਸਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ, ਉਸਨੂੰ 10 ਸਾਲ ਦੀ ਸਜ਼ਾ ਇਸ ਕਤਲ ਦੇ ਲਈ ਜਿਹੜੀ ਉਹ ਸੁਣਾਈ ਗਈ ਆ। ਹੁਣ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਵੀ ਜਿਹੜੇ ਜਿਊਰਰ ਸੀਗੇ ਇਸ ਜਿਊਰੀ ਨੇ ਜਿਨ੍ਹਾਂ ਨੇ ਇਹ ਕੇਸ ਸੁਣਿਆ ਉਹਨਾਂ ਦੇ ਸਾਹਮਣੇ 28 ਸਾਲ ਦੀ ਸਜ਼ਾ ਦਾ ਵੀ ਇੱਕ ਮੱਦ ਸੀਗੀ, ਪਰ ਉਹਨਾਂ ਨੇ ਕਿਹਾ ਵੀ ਇਸ ਦੇ ਲਈ ਇਸ ਚਿੱਟੀ ਪੁਲਿਸ ਅਫਸਰ ਦੇ ਲਈ ਜਿਹੜੀ 28 ਸਾਲ ਦੀ ਸਜ਼ਾ ਜਿਹੜੀ ਆ ਉਹ ਬਹੁਤ ਜ਼ਿਆਦਾ ਹਾਰਸ਼ ਜਿਹੜੀ ਉਹ ਹੋਵੇਗੀ। ਸੋ ਉਸ ਲਈ ਉਹਨਾਂ ਨੇ ਉਹਨੂੰ ਮਹਿਜ 10 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਈ ਹੈ। ਇਹ ਹੁਣ ਹਰ ਇੱਕ ਜਣਾ ਜਿਹੜਾ ਸੋਚ ਰਿਹਾ ਅਤੇ ਇਸ ਦੇ ਬਾਬਤ ਗੱਲ ਕਰ ਰਿਹਾ ਆ ਵੀ ਜੇ ਉਲਟ ਹੁੰਦਾ ਇਸ ਦੇ ਵਿੱਚ ਜਿਹੜਾ ਕੋਈ ਕਾਲੇ ਬੰਦੇ ਨੇ ਕਿਸੇ ਹੋਰ ਨੂੰ ਇਸ ਤਰੀਕੇ ਦੇ ਨਾਲ ਮਾਰਿਆ ਹੁੰਦਾ, ਕੀ ਉਸ ਨੂੰ ਉਸ ਕਤਲ ਦੇ ਦੋਸ਼ੀ ਹੋਣ ਤੋਂ ਬਾਅਦ 'ਚ 10 ਸਾਲ ਦੀ ਸਜ਼ਾ ਸੁਣਾਈ ਜਾਣੀ ਸੀਗੀ। ਸੋ ਕਹਿੰਦੇ ਵੀ ਪੁਰਾਣਾ ਇਤਿਹਾਸ ਜੇ ਫਰੋਲ ਕੇ ਦੇਖੋ ਤਾਂ ਇਹ ਚੀਜ਼ ਜਿਹੜੀ ਆ ਦੇਖਣ ਨੂੰ ਮਿਲੀ ਆ ਵੀ ਇੱਦਾਂ ਬਹੁਤ ਘੱਟ ਜਿਹੜਾ ਹੋਇਆ ਹੋਵੇ ਵੀ ਕਿਸੇ ਨੇ ਇੱਦਾਂ ਜ਼ੁਲਮ ਕੀਤਾ ਹੋਇਆ ਵੇ ਹੋਇਆ ਹੋਵੇ ਤਾਂ ਉਸਨੂੰ ਜਿਹੜੀ ਘੱਟ ਸਜ਼ਾ ਜਿਹੜੀ ਉਹ ਸੁਣਾਈ ਗਈ ਹੋਵੇ। ਉੱਦਾਂ ਜਿਹੜਾ ਮਾਰਿਆ ਗਿਆ ਸੀਗਾ ਉਸਦੇ ਭਰਾ ਨੇ ਇਸ ਜਿਹੜੀ ਕਾਤਲ ਆ ਉਸਨੂੰ ਉੱਥੇ ਹੱਗ ਵੀ ਕੀਤਾ, ਅਦਾਲਤ ਦੇ ਵਿੱਚ ਹੀ ਜਿਹੜਾ ਹੱਗ ਕੀਤਾ ਜਦੋਂ ਉਸਨੂੰ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਗਈ ਸੀ ਅਤੇ ਉਸਨੇ ਕਿਹਾ ਵੀ ਮੈਂ ਜਿਹੜਾ ਇਸ ਨੂੰ ਮਾਫ਼ ਕਰਦਾ ਹਾਂ। ਅਤੇ ਉਸਨੇ ਬਹੁਤ ਵੱਡਾ ਜਿਹੜਾ ਦਿਲ ਆ ਹਰਜੋਤ ਸਿੰਘ ਜੀ ਉਸਦੇ ਭਰਾ ਨੇ ਜਿਹੜਾ ਉਹ ਦਿਖਾਇਆ ਆ ਜਿਸ ਦੇ ਭਰਾ ਨੂੰ ਇਸ ਜਨਾਨੀ ਦੇ ਦੁਆਰਾ ਗੋਲੀ ਮਾਰ ਕੇ ਉਸਦੇ ਹੀ ਘਰ ਦੇ ਵਿੱਚ ਟੀਵੀ ਦੇਖਦੇ ਹੋਏ ਕਤਲ ਕਰ ਦਿੱਤਾ ਗਿਆ ਸੀ। ਜੀ, ਅਗਲੀ ਖਬਰ ਬਾਅਦ ਚੱਲੀਏ। ਜਿਹੜੇ FBI ਦੇ ਡਾਇਰੈਕਟਰ ਆ ਉਹਨਾਂ ਨੇ ਫੇਸਬੁੱਕ ਨੂੰ ਇੱਕ ਤਰ੍ਹਾਂ ਨਾਲ ਚੇਤਾਵਨੀ ਦਿੱਤੀ ਆ ਵੀ ਜਿਹੜਾ ਤੁਹਾਡਾ ਪਲੇਟਫਾਰਮ ਆ ਇਹ ਇੱਕ ਤਰ੍ਹਾਂ ਨਾਲ ਚਾਈਲਡ ਪੋਰਨੋਗ੍ਰਾਫਰ ਬਣ ਜਾ ਰਿਹਾ ਹੈਗਾ। ਪਿਛਲੇ ਸਾਲ ਕਹਿੰਦੇ 16 ਮਿਲੀਅਨ ਦੇ ਕਰੀਬ ਜਿਹੜੇ ਚਾਈਲਡ ਪੋਰਨੋਗ੍ਰਾਫਿਕ ਜਾਂ ਚਾਈਲਡ ਐਕਸਪਲੋਰੇਸ਼ਨ ਜਿਹੜੀ ਟਿਪਸ ਹੈਗੀਆਂ ਆ ਉਹ ਫੇਸਬੁੱਕ ਨੂੰ ਰਿਪੋਰਟ ਕੀਤੀਆਂ ਗਈਆਂ ਸੀ। ਡਿਪਟੀ ਅਟਾਰਨੀ ਜਨਰਲ ਜੈਫਰੀ ਰੋਸਨ ਉਹਨਾਂ ਨੇ ਇਹ ਕਿਹਾ ਹੈਗਾ। ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਵੀ ਜਿਹੜਾ ਵਟਸਐਪ ਜਿਹੜਾ ਫੇਸਬੁੱਕ ਦੇ ਨਾਲ ਹੈਗਾ ਇਹਨਾਂ ਦੇ ਇਨਕ੍ਰਿਪਟਡ ਜਿਹੜੇ ਮੈਸੇਜ ਹੈਗੇ ਆ ਉਹ ਵੀ ਸਾਨੂੰ ਦੇਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤਾਂ ਕਿ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਇਹਨਾਂ ਤੋਂ ਬਚਿਆ ਜਾ ਸਕੇ। ਪਰ ਦੂਸਰੇ ਪਾਸੇ ਜਿਹੜੇ ਪ੍ਰਾਈਵੇਸੀ ਨੂੰ ਲੈ ਕੇ ਜਿਹੜੇ ਉਹਦੇ ਹੱਕ ਵਾਲੇ ਲੋਕ ਆ ਉਹ ਕਹਿੰਦੇ ਵੀ ਫਿਰ ਬੰਦਿਆਂ ਦੀ ਕੋਈ ਕਿਸੇ ਤਰ੍ਹਾਂ ਦੀ ਵੀ ਜਿਹੜੀ ਆਮ ਲੋਕਾਂ ਦੀ ਪ੍ਰਾਈਵੇਸੀ ਉਹ ਨਹੀਂ ਰਹੇਗੀ ਗਵਰਨਮੈਂਟ ਤੋਂ, ਉਹ ਕਿਸੇ ਤਰ੍ਹਾਂ ਵੀ ਜਿਹੜਾ ਆ ਕੋਈ ਵੀ ਜਿਹੜਾ ਪ੍ਰਾਈਵੇਟ ਮੈਸੇਜ ਨਹੀਂ ਬਚਾ ਕੇ ਰੱਖ ਸਕਣਗੇ। ਜੀ ਬਿਲਕੁਲ, ਇਹ ਇਸ ਨੂੰ ਲੈ ਕੇ ਵੀ ਜਿਹੜੇ ਲੋਕ ਆਪਣੀ ਜਿਹੜੀ ਨਿੱਜਤਾ ਦਾ ਜਿਹੜਾ ਘਾਣ ਉਹ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਮੰਨਦੇ ਆ। ਬਿਲਕੁਲ, ਇਹ ਕੋਈ ਦੋ ਰਾਵਾਂ ਨਹੀਂ ਵੀ ਬਹੁਤ ਸਾਰੇ ਜਿਹੜੇ ਮੀਡੀਏ ਆ ਜਿੱਦਾਂ ਸੋਸ਼ਲ ਮੀਡੀਆ ਬਹੁਤ ਸਾਰੇ ਪਲੇਟਫਾਰਮਸ ਆ ਉਸਦਾ ਦੁਰਉਪਯੋਗ ਕਰਨ ਵਾਲੇ ਲੋਕ ਵੀ ਜਿਹੜੇ ਉਹ ਡੈਫੀਨੇਟਲੀ ਹੁੰਦੇ ਨੇ। ਅਤੇ ਪਰ ਉਹਨਾਂ ਦੀ ਆੜ ਦੇ ਵਿੱਚ ਆ ਸਾਰੇ ਲੋਕਾਂ ਦੇ ਉੱਤੇ ਜਿਹੜੀ ਨਿਗਰਾਨੀ ਰੱਖਣ ਦਾ ਜਿਹੜਾ ਇੱਕ ਇੱਕ ਹਿਸਾਬ ਦੇ ਨਾਲ ਵਿਉਂਤਬੰਦੀ ਸਰਕਾਰਾਂ ਜਿਹੜੀਆਂ ਅਕਸਰ ਕਰਦੀਆਂ ਰਹਿੰਦੀਆਂ ਆ ਉਹ ਵੀ ਇੱਕ ਖਤਰੇ ਵਾਲੀ ਗੱਲ ਹੁੰਦੀ ਆ ਵੀ ਲੋਕਾਂ ਦੀ ਜਿਹੜੀ ਪ੍ਰਾਈਵੇਸੀ ਨਿੱਜਤਾ ਆ ਉਹ ਕਿਸੇ ਪਾਸੇ ਵੀ ਜਿਹੜੀ ਉਹ ਨਹੀਂ ਰਹਿੰਦੀ। ਆਲਰੇਡੀ ਬਹੁਤ ਸਾਰੇ ਲੋਕ ਜਿਹੜਾ ਕਿ ਇੱਕ ਪੇਟਰਾਇਟ ਜਿਹੜਾ ਹੈਗਾ ਆ ਕਾਨੂੰਨ ਉਸਦੇ ਕਰਕੇ ਜਿਹੜੇ ਉਸਦੇ ਬਾਰੇ ਉਸਦੇ ਖਿਲਾਫ ਜਿਹੜੀ ਅਕਸਰ ਆਵਾਜ਼ ਉਠਾਉਂਦੇ ਰਹਿੰਦੇ ਆ ਵੀ ਉਸਦੇ ਚੱਲਦਿਆਂ ਤੁਸੀਂ ਬਹੁਤ ਸਾਰੇ ਜਿਹੜੇ ਲੋਕਾਂ ਦੇ ਉੱਤੇ ਨਿਗਰਾਨੀ ਜਿਹੜੀ ਰੱਖੀ ਆ NSA ਅਤੇ CIA ਦੇ ਉੱਤੇ ਅਕਸਰ ਦੋਸ਼ ਜਿਹੜੇ ਲੱਗਦੇ ਰਹਿੰਦੇ ਆ ਵੀ ਮਾਸ ਸਰਵੇਲੈਂਸ ਜਿਹੜੀ ਆ
ਉਹ ਅਮੈਰੀਕਨ ਸਿਟੀਜ਼ਨਸ ਦੀ ਹੀ ਨਾਲ ਦੇ ਨਾਲ ਜਿਹੜੀ ਉਹ ਕਰਦੇ ਰਹਿੰਦੇ ਆ। ਸੋ ਨੋ ਡਾਊਟ ਜਿਹੜਾ ਫੇਸਬੁੱਕ ਆ ਇਸ ਦੇ ਵਿੱਚ ਅਜਿਹਾ ਖਤਰਾ ਜਿਹੜਾ ਆ ਉਹ ਬਣਿਆ ਰਹਿੰਦਾ ਹੈ, ਉਹ ਕਿਸੇ ਵੀ ਪਲੇਟਫਾਰਮ ਦੇ ਉੱਤੇ ਜਿਹੜਾ ਉਹ ਖਤਰਾ ਉਹ ਬਣਿਆ ਰਹਿੰਦਾ ਆ, ਪਰ ਉਸਨੂੰ ਉਸ ਤੋਂ ਕਿੱਦਾਂ ਬਚਣਾ ਆ ਉਹ ਵੀ ਜਿਹੜੇ ਆਮ ਲੋਕਾਂ ਨੂੰ ਵੀ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਸਮਝ ਉਹ ਚਾਹੀਦੀ ਆ ਵੀ ਬੱਚਿਆਂ ਤਾਂ ਹੀ ਛੋਟੇ ਬੱਚਿਆਂ ਤਾਂ ਹੀ ਅਜਿਹੀਆਂ ਚੀਜ਼ਾਂ ਜਿਹੜੀਆਂ ਜ਼ਿਆਦੀਆਂ ਉਹ ਨਾ ਪਹੁੰਚਣ, ਅਦਰਵਾਈਜ਼ ਉਹਨਾਂ ਦਾ ਜਿਹੜਾ ਆ ਉਹ ਦੁਰਉਪਯੋਗ ਕੀਤਾ ਜਾ ਸਕਦਾ ਹੈ। ਅਗਲੀ ਖਬਰ ਵਿੱਚ ਚਲੀਏ ਜਿਹੜੀ ਫਲੋਰੀਡਾ ਤੋਂ ਆਈ ਆ। ਫਲੋਰੀਡਾ ਦੇ ਵਿੱਚ ਕਹਿੰਦੇ ਇੱਕ ਮਾਂ ਨੇ ਆਪਣੇ ਹੀ 4 ਬੱਚਿਆਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਉਸ ਨੇ ਇੱਕ ਮਿੰਨੀ ਵੈਨ ਦੇ ਵਿੱਚ ਜਿਹੜੇ 4 ਬੱਚੇ ਸੀਗੇ ਉਹਦੇ 7 ਸਾਲ ਤੋਂ ਲੈ ਕੇ 13 ਸਾਲ ਦੇ, ਉਹਨਾਂ ਨੂੰ ਕਿਹਾ ਵੀ ਆਪਣੀਆਂ ਜਿਹੜੀਆਂ ਬੈਲਟਾਂ ਆ ਉਹ ਖੋਲ੍ਹ ਦਿਓ ਅਤੇ ਜਿਹੜਾ ਜੀਸਸ ਆ ਉਹ ਤੁਹਾਡੇ ਨਾਲ ਹੀ ਹੋਊਗਾ। ਅਤੇ ਸਪੀਡ ਨਾਲ ਉਸਨੇ ਜਿਹੜੀ ਆ ਆਪਣੀ ਵੈਨ ਆ ਉਹ ਇੱਕ ਟ੍ਰੀ ਦੇ ਵਿੱਚ ਮਾਰੀ। ਸੋ ਲੱਕਲੀ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ, ਪਰ ਹੁਣ ਉਹ ਜਿਹੜੀ 36 ਸਾਲਾਂ ਦੀ ਕਲੀਸੀਆ ਵਿਲੀਅਮਸ ਨਾਮ ਦੀ ਇਹ ਬੀਬੀ ਆ ਇਹਨੂੰ ਜਿਹੜਾ ਆ 4 ਕਾਊਂਟਸ 'ਤੇ ਚਾਰਜ ਕੀਤਾ ਗਿਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਆਈ ਥਿੰਕ ਕੱਲ੍ਹ ਵੀ ਆਪਾਂ ਇਸ ਦੇ ਬਾਰੇ ਜਿਹੜਾ ਜ਼ਿਕਰ ਕੀਤਾ ਸੀਗਾ, ਲਾਸ ਵੇਗਸ ਦੇ ਵਿੱਚ ਜਿਹੜੀ ਇਹ ਸ਼ੂਟਿੰਗ ਹੋਈ ਸੀ ਉਹਨਾਂ ਦੇ ਜਿਹੜੇ ਵਿਕਟਮਸ ਆ ਉਹਨਾਂ ਦੇ ਨਾਲ MGM ਜਿਹੜਾ ਉੱਥੇ ਦਾ ਵੱਡਾ ਹੋਟਲ ਆ ਉਹਨਾਂ ਨੇ $800 ਮਿਲੀਅਨ ਦੀ ਜਿਹੜੀ ਸੈਟਲਮੈਂਟ ਆ ਉਹ ਕੀਤੀ ਆ। ਉਹ ਲਾਸ ਵੇਗਸ ਸ਼ੂਟਿੰਗ ਦੀ ਜਿਹੜੀ ਸਰਵਾਈਵਰ ਹੈਗੀ ਹੈ ਨੈਟਲੀ ਗਰੂਮੈਟ, ਉਸ ਨੂੰ ਹੁਣ ਜਿਹੜੀ ਕਹਿੰਦੀ ਇੱਕ 11ਵੀਂ ਸਰਜਰੀ ਜਿਹੜੀ ਉਸਨੇ ਕਰਵਾਈ ਆ ਉਸ ਦੁਨੀਆਂ ਜਿਹੜੀਆਂ ਸੱਟਾਂ ਆ ਉਸ ਤੋਂ ਉੱਭਰਣ ਦੇ ਲਈ। ਸੋ ਉਹ ਕਹਿੰਦੀ ਮੈਂ ਉਹ ਪਹਿਲੀਆਂ ਦੇ ਵਿੱਚੋਂ ਸੀਗੀ ਜਿਸ ਦੇ ਉੱਤੇ ਗੋਲੀ ਲੱਗੀ ਸੀ। ਉਸ ਟਾਈਮ ਦੇ ਉੱਤੇ ਜਿਹੜਾ ਮੈਂਡਲੇ ਬੇ ਰਿਜ਼ੋਰਟ ਹੈਗਾ ਆ ਉੱਥੋਂ ਇੱਕ ਬੰਦੇ ਨੇ ਅੰਨੇਵਾਹ ਜਿਹੜੀਆਂ ਗੋਲੀਆਂ ਚਲਾਈਆਂ ਸੀਗੀਆਂ, ਮਿਲਟਰੀ ਅਸੋਲਟ ਰਾਈਫਲਸ ਦੇ ਨਾਲ ਗੋਲੀਆਂ ਚਲਾਈਆਂ ਜਿਸ ਦੇ ਵਿੱਚ 58 ਲੋਕ ਉਸ ਟਾਈਮ ਦੇ ਉੱਤੇ ਮਾਰੇ ਗਏ ਸੀਗੇ। ਉਹਨਾਂ ਦੀ ਹੱਤਿਆ ਜਿਹੜੀ ਆ ਉਸ ਬੰਦੇ ਦੇ ਦੁਆਰਾ ਕਰ ਦਿੱਤੀ ਗਈ ਸੀ ਅਤੇ ਕਈ ਸੌ ਲੋਕ ਜਿਹੜੇ ਉਸ ਦੇ ਵਿੱਚ ਫੱਟੜ ਹੋਏ ਸੀ। US ਦੇ ਇਤਿਹਾਸ ਦੇ ਵਿੱਚ ਸਭ ਤੋਂ ਡੈਡਲੀਐਸਟ ਸ਼ੂਟਿੰਗਸ ਦੇ ਵਿੱਚੋਂ ਇੱਕ ਜਿਹੜੀ ਉਹ ਗਿਣੀ ਜਾਂਦੀ ਆ। ਸੋ ਕਹਿੰਦੇ ਵੀ ਡੈਫੀਨੇਟਲੀ ਇਸ ਦੇ ਵਿੱਚ ਉਹਨਾਂ ਦੀ ਜਿਹੜੀ ਮਦਦ ਤਾਂ ਜਿਹੜੀ ਉਹ ਹੋਊਗੀ, ਪਰ ਬਹੁਤ ਸਾਰੇ ਲੋਕ ਕਹਿੰਦੇ ਵੀ ਜਿਸ ਤਰੀਕੇ ਦਾ ਉਹਨਾਂ ਨੂੰ ਇਮੋਸ਼ਨਲ ਟਰੋਮਾ ਅਤੇ ਜ਼ਿੰਦਗੀ ਮੌਤ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਉਹ ਲੰਘਣਾ ਪਿਆ ਆ ਉਹ ਬਹੁਤ ਔਖਾ ਹੈ। ਜਿਹੜੇ ਬਚ ਗਏ ਵਿਕਟਮਸ ਆ ਉਹਨਾਂ ਦੀ ਆਪਾਂ ਗੱਲ ਕਰ ਰਹੇ, ਜਿਹੜੇ ਤਾਂ ਵਿਚਾਰੇ ਚੱਲ ਗਏ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਤਾਂ ਆਲਰੇਡੀ ਜਿਹੜੇ ਆ ਉਹ ਵੈਣ ਪਏ ਹੋਏ ਆ। ਇਹ ਆਈ ਥਿੰਕ 2 ਸਾਲ ਪਹਿਲਾਂ ਇਹ ਗੋਲੀਬਾਰੀ ਉਦੋਂ ਹੋਈ ਸੀਗੀ ਲਾਸ ਵੇਗਸ ਦੇ ਵਿੱਚ ਜੀ। ਅਗਲੀ ਖਬਰ ਜਿਹੜੀ ਫਲੋਰੀਡਾ ਤੋਂ ਆ ਰਹੀ ਆ, ਫਲੋਰੀਡਾ ਦੇ ਵਿੱਚ ਸੈਂਟਾ ਰੋਜ਼ਾ ਕਾਉਂਟੀ ਦੇ ਵਿੱਚ ਇੱਕ ਜਵਾਈ ਜਿਹੜਾ ਆ ਆਪਣੇ ਸਹੁਰੇ ਨੂੰ ਇੱਕ ਤਰ੍ਹਾਂ ਨਾਲ ਸਰਪ੍ਰਾਈਜ਼ ਕਰਨ ਗਿਆ ਅਤੇ ਉਹ ਇੱਕ ਬੁਸ਼ ਦੇ ਵਿੱਚ ਲੁੱਗ ਗਿਆ ਅਤੇ ਜਦੋਂ ਉਸਦਾ ਫਾਦਰ ਇਨ ਲਾ ਬਾਹਰ ਨਿਕਲਿਆ ਅਤੇ ਉਹ ਬੁਸ਼ ਦੇ ਵਿੱਚੋਂ ਇੱਕ ਤਰ੍ਹਾਂ ਨਾਲ ਉਹਨੇ ਜਦੋਂ ਚੀਕ ਮਾਰੀ ਅਤੇ ਜਿਹੜਾ ਉਹਦਾ ਫਾਦਰ ਇਨ ਲਾ ਸੀ ਰਿਚਰਡ ਡੈਨਸ 61 ਸਾਲਾਂ ਦਾ, ਉਹਦੇ ਕੋਲ ਗਨ ਸੀ, ਉਹ ਡਰ ਗਿਆ, ਉਸਨੇ ਇੱਕਦਮ ਗਨ ਚਲਾ ਦਿੱਤੀ ਅਤੇ ਜਿਹਦੇ ਨਾਲ 37 ਸਾਲਾਂ ਦਾ ਕ੍ਰਿਸਟੋਫਰ ਵਰਗਨ ਜਿਹੜਾ ਉਹਦਾ ਜਵਾਈ ਆ ਉਹ ਮਾਰਿਆ ਗਿਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ, UK ਦੇ ਵਿੱਚ ਬ੍ਰੈਕਸਿਟ ਦਾ ਜਿਹੜਾ ਦਿਨ ਆ ਬਹੁਤ ਨਜ਼ਦੀਕ ਆਉਂਦਾ ਜਾ ਰਿਹਾ ਆ। ਇਸ ਮਹੀਨੇ ਦੇ ਅਖੀਰ ਦੇ ਵਿੱਚ ਜਿਹੜਾ ਬ੍ਰੈਕਸਿਟ ਆ ਉਹ ਹੋਣ ਦੇ ਆਸਾਰ ਬਣੇ ਆ, ਪਰ ਇਸ ਟਾਈਮ ਉੱਥੋਂ ਦੀ ਜਿਹੜੀ ਪਾਰਲੀਮੈਂਟ ਆ ਉਸ ਨੂੰ ਭੰਗ ਕੀਤਾ ਹੋਇਆ ਆ ਹਾਲ ਦੀ ਘੜੀ, ਜਿਹੜੇ ਉੱਥੋਂ ਦੇ ਮੌਜੂਦਾ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦੀ ਸਿਫਾਰਸ਼ ਦੇ ਉੱਤੇ। ਅਤੇ ਬੋਰਿਸ ਜੌਨਸਨ ਨੇ ਅੱਜ ਇਸ ਦੇ ਉੱਤੇ ਇੱਕ ਚਿੱਠੀ ਜਿਹੜੀ ਆ ਯੂਰਪੀਅਨ ਯੂਨੀਅਨ ਨੂੰ ਜਿਹੜੀ ਉਹ ਘੱਲੀ, ਉਹਨਾਂ ਨੇ ਮੰਗ ਕੀਤੀ ਹੈ ਵੀ ਭਾਈ ਬ੍ਰੈਕਸਿਟ ਨੂੰ ਥੋੜ੍ਹਾ ਜਿਹੜਾ ਉਹ ਡਿਲੇ ਕਰ ਦਿਓ, ਜੇ 19 ਅਕਤੂਬਰ ਤੱਕ ਉਹਨਾਂ ਦੇ ਅੰਦਰੂਨੀ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਉੱਥੋਂ ਦੀ ਸਰਕਾਰ ਆ ਅਤੇ ਜਿਹੜੇ ਸਾਰੇ MPs ਹੈਗੇ ਆ ਉਹਨਾਂ ਦੇ ਦੁਆਰਾ ਕੋਈ ਸਮਝੌਤਾ ਜਿਹੜਾ ਉਹ ਨਹੀਂ ਹੁੰਦਾ। ਸੋ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਆ ਵੀ ਹਾਂ ਇੱਦਾਂ ਦੀ ਚਿੱਠੀ ਜਿਹੜੀ ਆ ਯੂਰਪੀਅਨ ਸੰਘ ਨੂੰ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦੇ ਦੁਆਰਾ ਜਿਹੜੀ ਉਹ ਘੱਲੀ ਗਈ ਆ। ਇਸ ਜਿਹੜੇ ਮੌਜੂਦਾ ਜਿਹੜੀ ਸਥਿਤੀ ਦੇ ਮੁਤਾਬਕ ਹਰਜੋਤ ਸਿੰਘ ਜੀ 31 ਅਕਤੂਬਰ ਨੂੰ ਜਿਹੜਾ ਬ੍ਰਿਟੇਨ ਆ ਯੂਰਪੀਅਨ ਸੰਘ ਦੇ ਨਾਲੋਂ ਜਿਹੜਾ ਉਹ ਵੱਖ ਹੋਣ ਜਾ ਰਿਹਾ ਆ ਅਤੇ ਹੁਣ ਇਸ ਚਿੱਠੀ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਵੀ 19 ਤਰੀਕ ਤੱਕ ਜੇ ਉਹਨਾਂ ਦਾ ਕੋਈ ਅੰਦਰੂਨੀ ਸਮਝੌਤਾ ਨਹੀਂ ਹੁੰਦਾ ਤਾਂ ਉਹਨਾਂ ਨੇ ਮੰਗ ਕੀਤੀ ਆ ਵੀ ਭਾਈ ਇਸ ਬ੍ਰੈਕਸਿਟ ਨੂੰ ਥੋੜ੍ਹਾ ਹੋਰ ਅੱਗੇ ਜਿਹੜਾ ਉਹ ਪਾ ਦਿੱਤਾ ਜਾਵੇ, ਪੋਸਟਪੋਨ ਕਰ ਦਿੱਤਾ ਜਾਵੇ। ਸੋ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਜੇ ਇੱਦਾਂ ਹੀ ਪੋਸਟਪੋਨ ਹੁੰਦਾ ਰਿਹਾ ਇਨ ਦੀ ਐਂਡ ਸ਼ਾਇਦ ਬ੍ਰਿਟੇਨ ਦੇ ਵਿੱਚ ਦੁਬਾਰਾ ਰੈਫਰੈਂਡਮ ਵੀ ਜਿਹੜਾ ਉਹ ਹੋ ਸਕਦਾ ਹੈ ਵੀ ਇਸ ਰੈਫਰੈਂਡਮ ਜਿਹੜਾ ਪਹਿਲਾਂ ਹੋਇਆ ਰੈਫਰੈਂਡਮ ਆ ਉਸਦੀ ਮੰਨੀ ਜਾਵੇ ਜਾਂ ਯੂਰਪੀਅਨ ਸੰਘ ਦੇ ਨਾਲ ਹੀ ਜਿਹੜਾ ਜੁੜ ਕੇ ਰਹਿ ਜਾਵੇ। ਸਭ ਤੋਂ ਵੱਡਾ ਜਿਹੜਾ ਮਸਲਾ ਇਸ ਦੇ ਵਿੱਚ ਜਿਹੜਾ ਆਇਰਲੈਂਡ ਦੇ ਜਿਹੜੇ ਦੋਨੋਂ ਹੀ ਹਿੱਸੇ ਆ ਨਦਰਨ ਆਇਰਲੈਂਡ ਅਤੇ ਰਿਪਬਲਿਕ ਆਫ ਆਇਰਲੈਂਡ ਉਹਨਾਂ ਦੇ ਦਰਮਿਆਨ ਜਿਹੜਾ ਬਾਰਡਰ ਆ
ਉਹ ਆ ਜਾਣਾ। ਸੋ ਇੱਕ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਬਾਬਤ ਮੈਂ ਪੜ੍ਹ ਰਿਹਾ ਸੀਗਾ, ਦੱਸ ਰਹੇ ਸੀਗੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉੱਥੇ ਜਿਹੜੀਆਂ ਭੇਡਾਂ ਆ ਉਹਨਾਂ ਨੂੰ ਚਾਰਦੇ ਆ, ਕਹਿੰਦੇ ਵੀ ਜੇ ਬਾਰਡਰ ਉਹ ਬਣ ਜਾਂਦਾ ਆ ਤਾਂ ਉਹ ਕਦੇ ਉਹ ਨਾਰਦਰਨ ਆਇਰਲੈਂਡ 'ਚ ਹੋਣਗੇ, ਕਦੇ ਉਹ ਜਿਹੜੇ ਰਿਪਬਲਿਕ ਆਫ ਆਇਰਲੈਂਡ ਦੇ ਵਿੱਚ, ਅਤੇ ਮੌਜੂਦਾ ਕਾਨੂੰਨਾਂ ਦੇ ਮੁਤਾਬਕ ਉਹ ਫਿਰ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਸ਼ੀਪ ਸਮਗਲਿੰਗ ਜਿਹੜੀ ਆ ਉਹ ਕਰ ਰਹੇ ਹੋਣਗੇ, ਕਦੀ ਇੱਧਰੋਂ ਲੈ ਗਏ ਉੱਧਰ ਨੂੰ, ਕਦੀ ਉੱਧਰੋਂ ਲੈ ਗਏ ਇਹਨੂੰ, ਅਤੇ ਇੱਕ ਬਹੁਤ ਵੱਡਾ ਜਿਹੜਾ ਆ ਉਹ ਮਸਲਾ ਬਣ ਜਾਵੇਗਾ। ਕਹਿੰਦੇ ਉਸੇ ਰਾਤ ਭਾਵੇਂ ਜਿਹੜਾ ਉਹ ਫਰਕ ਨਾ ਪਵੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਜਿਹੜੇ ਬੈਕਲੌਗ ਜਿਹੜੇ ਆ ਇਹ ਪੂਰੇ ਬ੍ਰਿਟੇਨ ਦੇ ਯੂਰਪੀਅਨ ਸੰਘ ਦੇ ਨਾਲੋਂ ਵੱਖ ਹੋਣ ਦੇ ਨਾਲ ਜਿਹੜੇ ਉਹ ਵੱਧ ਜਾਣਗੇ, ਜਿਸ ਕਰਕੇ ਜਿਹੜਾ ਆਮ ਜੀਵਨ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਆ ਜੀ। ਅਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਜਾਂਦੇ ਜਾਂਦੇ ਆਪਾਂ ਜਿਹੜੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਹੈਗੇ ਆ ਉਹਨਾਂ ਦੀ ਯਾਦ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਜਿਹੜੇ ਹੈਗੇ ਆ ਆਪਣੇ ਉਹਨਾਂ ਦੇ ਕੈਂਡਲਾਈਟ ਵਿਜਲ ਹੋ ਰਹੇ ਹੈਗੇ ਆ। ਸੈਕਰਾਮੈਂਟੋ ਦੇ ਵਿੱਚ ਅੱਜ ਸ਼ਾਮ ਨੂੰ ਹੋ ਰਿਹਾ ਕੈਪੀਟਲ ਹਿੱਲ ਬਿਲਡਿੰਗ 'ਤੇ ਸ਼ਨਿਚਰਵਾਰ ਨੂੰ ਜਿਹੜਾ ਉੱਥੇ ਹੋਵੇਗਾ। ਸੋ ਬੇ ਏਰੀਏ ਦੀ ਜਿਹੜੀ ਸਿੱਖ ਕਮਿਊਨਿਟੀ ਉਹਨਾਂ ਦੇ ਦੁਆਰਾ ਇਹਨਾਂ ਦੇ ਯਾਦ ਦੇ ਵਿੱਚ ਜਿਹੜਾ ਕੈਂਡਲ ਲਾਈਟ ਵਿਜਲ ਆ ਉਹ ਰੱਖਿਆ ਗਿਆ ਆ ਜਿਹੜਾ ਫਰੀਮੌਂਟ ਸਿਟੀ ਹਾਲ ਦੇ ਵਿੱਚ ਜਿਹੜਾ ਹੋਵੇਗਾ ਮਰਹੂਮ ਸੰਦੀਪ ਸਿੰਘ ਧਾਲੀਵਾਲ ਹੋਣਾ ਦੀ ਯਾਦ ਦੇ ਵਿੱਚ। ਇਸੇ ਤਰੀਕੇ ਦੇ ਨਾਲ ਹੀ ਕੱਲ੍ਹ ਨੂੰ 5 ਅਕਤੂਬਰ ਸ਼ਨਿਚਰਵਾਰ ਨੂੰ ਯੂਬਾ ਸਿਟੀ ਦੇ ਵਿੱਚ ਜਿਹੜਾ ਹੈਪੀ ਪਾਰਕ ਹੈਗਾ ਆ ਉੱਥੇ ਜਿਹੜਾ ਆ ਉਹ ਰੱਖਿਆ ਗਿਆ ਆ ਕੈਂਡਲ ਲਾਈਟ ਵਿਜਲ। ਸੋ ਉੱਥੇ ਵੀ ਜਿਹੜੇ ਸਾਰੇ ਜਣੇ ਜ਼ਰੂਰ ਪਹੁੰਚੋ ਅਤੇ ਇਹਨਾਂ ਨੂੰ ਜਿਹੜੀ ਸ਼ਰਧਾਂਜਲੀ ਆ ਉਹ ਭੇਂਟ ਕੀਤੀ ਜਾਵੇ। ਅਤੇ ਇੰਡੀਆਨਾ ਐਪਲਸ ਤੋਂ ਵੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਨੂੰ ਦੱਸਿਆ ਗਿਆ ਸੀਗਾ ਵੀ ਉੱਥੇ ਵੀ ਕੈਂਡਲ ਲਾਈਟ ਵਿਜਲ ਜਿਹੜਾ ਹੋਣ ਜਾ ਰਿਹਾ ਆ ਡਿਪਟੀ ਸੰਦੀਪ ਸਿੰਘ ਧਾਲੀਵਾਲ ਹੋਣਾ ਦੀ ਯਾਦ ਦੇ ਵਿੱਚ 1911 ਹੋਬਾਰਟ ਰੋਡ ਇੰਡੀਆਨਾ ਐਪਲਸ ਇੰਡੀਆਨਾ ਦੇ ਵਿੱਚ, ਉੱਥੇ ਵੀ ਸ਼ਾਮੀ 6 ਵਜੇ। ਇਹ ਵੀ ਜਿਹੜਾ 5 ਤਰੀਕ ਨੂੰ ਸ਼ਨਿਚਰਵਾਰ ਨੂੰ ਜਿਹੜਾ ਉਹ ਰੱਖਿਆ ਗਿਆ ਆ। ਸੈਕਰਾਮੈਂਟੋ ਦੇ ਵਿੱਚ ਜਿਹੜਾ ਅੱਜ ਸ਼ੁੱਕਰਵਾਰ ਨੂੰ ਸ਼ਾਮ ਨੂੰ ਜਿਹੜਾ ਆ 6 ਵਜੇ ਦਾ ਉੱਥੇ ਰੱਖਿਆ ਗਿਆ ਆ। ਸੋ ਜੇ ਹੋਰ ਵੀ ਕਿਤੇ ਕੁਝ ਐਲਸਬਰੰਟੇ 'ਚ ਵੀ ਐਲਸਬਰੰਟੇ ਜਿਹੜਾ ਐਲਸਬਰੰਟੇ ਦੀ ਲਾਇਬ੍ਰੇਰੀ ਆ ਉੱਥੇ ਜਿਹੜੇ ਐਲਸਬਰੰਟੇ ਗੁਰਦੁਆਰਾ ਸਾਹਿਬ ਦੀ ਕਮੇਟੀ ਆ ਉਹਨਾਂ ਨੇ ਜਿਹੜਾ ਆ ਕੱਲ੍ਹ ਸ਼ਾਮ ਨੂੰ ਜਿਹੜਾ ਉੱਥੇ ਰੱਖਿਆ ਹੈਗਾ ਆ ਜੀ। ਸੋ ਜ਼ਰੂਰ ਜਿਹੜੇ ਜੀ ਹੁਮ ਹੁਮਾ ਕੇ ਜਿਹੜੇ ਜੀ ਤੁਸੀਂ ਸਾਰੇ ਜਾਣਿਆਂ ਨੇ ਇਸ ਦੇ ਵਿੱਚ ਪਹੁੰਚਣਾ ਆ ਅਤੇ ਤਾਂ ਜੋ ਇਹਨਾਂ ਦੀ ਜਿਹੜੀ ਵਿਛੜੀ ਰੂਹ ਆ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਭੇਂਟ ਕੀਤੀ ਜਾ ਸਕੇ। ਸਾਰੇ ਜਣੇ ਜ਼ਰੂਰ ਪਹੁੰਚੋ, ਪਰਿਵਾਰਾਂ ਸਮੇਤ ਬੱਚਿਆਂ ਨੂੰ ਲੈ ਕੇ ਜਿਹੜਾ ਉਹ ਤੁਸੀਂ ਪਹੁੰਚੋ ਤਾਂ ਜੋ ਜਿਹੜੇ ਇਹਨਾਂ ਦੇ ਬਾਰੇ ਜਿਹੜਾ ਉਹ ਪਤਾ ਲੱਗ ਸਕੇ ਅਤੇ ਇਹਨਾਂ ਨੂੰ ਜਿਹੜਾ ਉਹ ਉੱਥੇ ਯਾਦ ਕੀਤਾ ਜਾ ਸਕੇ ਪਰਿਵਾਰ ਦੇ ਨਾਲ। ਅਜਿਹੇ ਮੌਕੇ ਦੇ ਉੱਤੇ ਜਿਹੜਾ ਤੁਸੀਂ ਸਾਰੇ ਜਣੇ ਉਹ ਸ਼ਾਮਿਲ ਜਿਹੜਾ ਜ਼ਰੂਰ ਹੋਵੋ। ਟੈਕਸਸ ਤੋਂ ਹਰਜੋਤ ਸਿੰਘ ਜੀ ਇੱਕ ਜਿਹੜੀ ਇਨਫੋਰਮੇਸ਼ਨ ਮੈਨੂੰ ਆ ਰਹੀ ਹੈ ਉੱਥੇ ਜਿਹੜਾ ਸ਼ੂਗਰਲੈਂਡ ਇਲਾਕਾ ਹੈ ਜਿਹੜਾ ਹੈਗਾ ਆ ਸ਼ਹਿਰ ਟੈਕਸਸ ਦੇ ਵਿੱਚ ਉੱਥੇ ਦੇ ਸ਼ੂਗਰਲੈਂਡ ਟਾਊਨ ਸਕੇਅਰ ਜਿਹੜਾ ਹੈਗਾ ਆ ਉੱਥੇ ਇੱਕ ਪ੍ਰੇਅਰ ਵਿਜਲ ਜਿਹੜੀ ਆ ਇਹਨਾਂ ਦੀ ਸੰਦੀਪ ਸਿੰਘ ਧਾਲੀਵਾਲ ਜੀ ਦੀ ਯਾਦ ਦੇ ਵਿੱਚ ਉੱਥੇ ਰੱਖੀ ਗਈ ਆ। ਉੱਥੇ 6:30 ਵਜੇ ਤੋਂ 7:30 ਵਜੇ ਤੱਕ ਹੈਗਾ ਆ। 15958 ਸਿਟੀ ਵਾਕ ਸ਼ੂਗਰਲੈਂਡ ਟੈਕਸਸ, ਇੱਥੇ ਜਿਹੜੀ ਆ ਇਹਨਾਂ ਦੀ ਯਾਦ ਦੇ ਵਿੱਚ ਜਿਹੜੀ ਇੱਕ ਪ੍ਰੇਅਰ ਆ ਅਰਦਾਸ ਜਿਹੜੀ ਆ ਉੱਥੇ ਕੀਤੀ ਜਾਣੀ ਆ ਮਰਹੂਮ ਸੰਦੀਪ ਸਿੰਘ ਧਾਲੀਵਾਲ ਜੀ ਦੀ ਯਾਦ ਦੇ ਵਿੱਚ ਸ਼ੂਗਰਲੈਂਡ ਟਾਊਨ ਸਕੇਅਰ ਦੇ ਵਿੱਚ ਸ਼ਾਮੀ 6:30 ਵਜੇ। ਇਹ ਟੈਕਸਸ ਤੋਂ ਜਿਹੜੇ ਸਾਨੂੰ ਇਨਫੋਰਮੇਸ਼ਨ ਜਿਹੜੀ ਇਹ ਆਈ ਆ। ਸੋ ਵੱਖ ਵੱਖ ਥਾਵਾਂ ਦੇ ਉੱਤੇ ਜਿਹੜੀਆਂ ਕੈਂਡਲ ਲਾਈਟ ਵਿਜਲ ਜਿਹੜੀਆਂ ਸੰਦੀਪ ਸਿੰਘ ਧਾਲੀਵਾਲ ਜੀ ਦੀ ਯਾਦ ਦੇ ਵਿੱਚ ਹੋ ਰਹੀਆਂ ਨੇ। ਸੋ ਸਾਰੇ ਜਣੇ ਪਰਿਵਾਰਾਂ ਸਮੇਤ ਉੱਥੇ ਪਹੁੰਚੋ, ਇਹਨਾਂ ਨੂੰ ਜਿਹੜੀ ਸ਼ਰਧਾਂਜਲੀ ਜਿਹੜੀ ਉਹ ਭੇਂਟ ਕੀਤੀ ਜਾਵੇ। ਆਲਰੇਡੀ ਕਾਫੀ ਜਿਹੜੇ ਹਰਜੋਤ ਸਿੰਘ ਜੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਕਾਫੀ ਜਿਹੜੇ ਲੋਕਾਂ ਨੇ ਇਹਨਾਂ ਦੀ ਜਿਹੜੀ ਮਦਦ ਆ ਉਹ ਕਰ ਰਹੇ ਆ। ਸੁਣਨ ਦੇ ਵਿੱਚ ਆਇਆ ਸੀਗਾ ਵੀ ਸ਼ਾਇਦ ਕੁਛ ਕੁ ਜਿਹੜੇ ਡਾਲਰਸ ਆ ਉਹਨਾਂ ਨੂੰ ਜਿਹੜੇ ਉਹ ਦਿੱਤੇ ਵੀ ਜਿਹੜੇ ਜਾ ਚੁੱਕੇ ਆ, ਬਾਕੀ ਸਰਕਾਰੀ ਤੌਰ ਦੇ ਉੱਤੇ ਜਿਹੜਾ ਵੀ ਮੁਆਵਜ਼ਾ ਹੋਵੇਗਾ ਉਹ ਉਹਨਾਂ ਨੂੰ ਮਿਲੇਗਾ ਜੀ। ਸੋ ਬਿਲਕੁਲ ਇੱਕ ਵਾਰੀ ਫਿਰ ਐਲਸਬਰੰਟੇ ਦਾ ਵੀ ਆਪਾਂ ਨੂੰ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਾਡੇ ਸਰੋਤੇ ਆ ਬੇਨਤੀ ਆ ਵੀ ਪਰਿਵਾਰਾਂ ਸਮੇਤ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਓ। ਸੰਦੀਪ ਧਾਲੀਵਾਲ ਨੇ ਸਿੱਖੀ ਦਾ ਉਹ ਪ੍ਰਚਾਰ ਕਰ ਦਿੱਤਾ ਜਿਹੜਾ ਕਿ ਆਪਾਂ ਲੱਖਾਂ ਡਾਲਰ ਦੇ ਕੇ ਵੀ ਨਹੀਂ ਕਰ ਸਕਦੇ। ਉਸਨੇ ਆਪਣੀ ਜਦੋਂ ਜਾਨ ਦਿੱਤੀ ਆ ਉਹ ਤੋਂ ਬਾਅਦ ਦੇਖੋ ਕਿੰਨਾ ਜਿਹੜਾ ਮੀਡੀਆ ਆ ਹਰ ਇੱਕ ਨੇ ਜਿਹੜਾ ਆ ਉਹਨੂੰ ਹਾਈਲਾਈਟ ਕੀਤਾ ਹੈਗਾ। ਐਲਸਬਰੰਟੇ ਗੁਰਦੁਆਰਾ ਸਾਹਿਬ ਜਿਹੜਾ ਸਿੱਖ ਸੈਂਟਰ ਆਫ ਸੈਨ ਫਰਾਂਸਿਸਕੋ ਬੇ ਏਰੀਆ ਐਲਸਬਰੰਟੇ ਹੈਗਾ ਉਹਦੇ ਵੱਲੋਂ ਕੱਲ੍ਹ ਨੂੰ ਜਾਣੀ ਕਿ ਸ਼ਨਿਚਰਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜੀ ਐਲਸਬਰੰਟੇ ਦੇ ਵਿੱਚ ਲਾਇਬ੍ਰੇਰੀ ਹੈਗੀ ਆ ਜਿਹੜੀ ਉਹਦੇ ਵਿੱਚ 4191 APN ਵੇ ਐਲਸਬਰੰਟੇ ਉੱਥੇ ਜਿਹੜਾ ਕੈਂਡਲਾਈਟ ਵਿਜਲ ਹੋ ਰਿਹਾ ਐਲਸਬਰੰਟੇ ਦੀ ਸਿੱਖ ਸੰਗਤ ਵੱਲੋਂ।
ਫਰੀਮੌਂਟ ਤੁਸੀਂ ਦੱਸ ਦਿੱਤਾ, ਹੋਰ ਵੀ ਜੇ ਕਿਸੇ ਜਗ੍ਹਾ ਹੋ ਰਿਹਾ ਹੋਇਆ ਜ਼ਰੂਰ ਤੁਸੀਂ ਸਾਨੂੰ ਪੰਜਾਬੀ ਰੇਡੀਓ USA ਦੇ 408-272-5500 'ਤੇ ਕਾਲ ਕਰਕੇ ਸ਼ੇਅਰ ਕਰ ਦਿਓ। ਆਪਾਂ ਸ਼ਾਮ ਨੂੰ ਵੀ ਜਿਹੜਾ ਸਾਡਾ ਕੱਲ੍ਹ ਵਾਲਾ ਵੀ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਆਪਾਂ ਜਿਹੜੇ ਆ ਸਾਰੇ ਜਿੰਨੇ ਸਾਡੇ ਸਰੋਤੇ ਆ ਉਹਨਾਂ ਨਾਲ ਸ਼ੇਅਰ ਕਰ ਦੇਵਾਂਗੇ ਜੀ। ਅਤੇ ਹਰਜੋਤ ਸਿੰਘ ਜੀ, ਜਿਹੜੇ ਪਾਪਾ ਜੋਨਸ ਪੀਜ਼ਾ ਵਾਲੇ ਆ, ਉਹਨਾਂ ਨੇ ਵੀ ਬਹੁਤ ਜਿਹੜੀ ਇਸ ਦੇ ਵਿੱਚ ਮਦਦ ਆ ਉਹ ਕੀਤੀ ਆ। ਉਹਨਾਂ ਨੇ ਪਹਿਲਾਂ ਸਿਰਫ ਇੱਕ ਮੰਗਲਵਾਰ ਦਾ ਦਿਨ ਰੱਖਿਆ ਸੀਗਾ ਵੀ ਜਿਹੜੇ ਸੰਦੀਪ ਸਿੰਘ ਧਾਲੀਵਾਲ ਹੁਣਾਂ ਨੂੰ ਦੀ ਯਾਦ ਦੇ ਵਿੱਚ ਵੀ ਉਹ ਵੀ ਜਿਹੜਾ ਵੀ ਕੋਈ ਪਾਪਾ ਜੋਨਸ ਦੇ ਵਿੱਚ ਪੀਜ਼ਾ ਖਾਵੇਗਾ ਉਸ ਦੀਆਂ ਜਿੰਨੀਆਂ ਵੀ ਜਿੰਨਾ ਵੀ ਉਹਦੇ ਵਿੱਚ ਕਮਾਈ ਕੀਤੀ ਜਾਵੇਗੀ ਡਾਲਰਾਂ ਦੀ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਊਗੀ। ਬਾਅਦ ਦੇ ਵਿੱਚ ਉਹਨਾਂ ਨੇ ਉਹ ਵਧਾ ਕੇ ਜਿਹੜਾ ਸ਼ੁੱਕਰਵਾਰ ਤੱਕ ਕੀਤਾ। ਸੋ ਜਿਹੜੇ ਵੀ ਲੋਕ ਪਾਪਾ ਜੋਨ ਜਿਹੜੇ ਉਸ ਇਲਾਕੇ ਦੇ ਵਿੱਚ ਹੈਗੇ ਨੇ, ਜੇ ਤੁਸੀਂ ਉੱਥੇ ਆਪਣਾ ਪੀਜ਼ਾ ਖਾਂਦੇ ਹੋ ਤਾਂ ਉਹ ਜਿਹੜੇ ਡਾਲਰ ਜਿਹੜੇ ਕਮਾਏ ਜਾਣਗੇ ਉਹ ਜਿਹੜੇ ਆ ਇਹਨਾਂ ਦੇ ਪਰਿਵਾਰ ਨੂੰ ਦਿੱਤੇ ਜਾਣਗੇ। ਇੱਕ ਜਿਹੜੀ ਖਬਰ ਸੁਣੀ ਸੀ ਵੀ ਕਈ ਲੱਖ ਡਾਲਰ ਜਿਹੜੇ ਆ ਇਸ ਦੇ ਕਰਦੇ ਹੋਏ ਲੋਕਾਂ ਨੇ ਇਸ ਤਰੀਕੇ ਦੇ ਨਾਲ ਜਿਹੜੇ ਆ ਉਹ ਜੁਟਾਏ ਨੇ, ਉਹਨਾਂ ਨੇ ਉਹ ਮਦਦ ਪਰਿਵਾਰ ਨੂੰ ਇਸ ਹਿਸਾਬ ਦੇ ਨਾਲ ਕੀਤੀ ਆ। ਕੋਈ ਜਿਹੜੇ ਪਲੇਅਰ ਵੀ ਆ ਕੇ ਜਿਹੜੇ ਉਹਨਾਂ ਨੇ ਵੀ ਆਪਣੇ ਵੱਲੋਂ ਜਿਹੜੇ $1,00,000 ਜਿਹੜਾ ਉਹਨਾਂ ਨੇ ਦਿੱਤਾ ਹੋਇਆ ਆ। ਸੋ ਵੱਖ ਵੱਖ ਥਾਵਾਂ ਤੋਂ ਜਿਹੜੀ ਉਹਨਾਂ ਨੂੰ ਕਾਫੀ ਆਰਥਿਕ ਮਦਦ ਜਿਹੜੀ ਹੋ ਰਹੀ ਆ। ਸੋ ਇਹ ਮਦਦ ਤਾਂ ਚਲੋ ਆਉਣ ਵਾਲੇ ਭਵਿੱਖ ਦੇ ਲਈ ਬਹੁਤ ਉਹਨਾਂ ਨੂੰ ਪਰਿਵਾਰ ਨੂੰ ਜਿਹੜੀ ਚਾਹੀਦੀ ਆ, ਅਤੇ ਉਸ ਤੋਂ ਵੀ ਵੱਡੀ ਜਿਹੜੀ ਮਦਦ ਆ ਉਹਨਾਂ ਨੂੰ ਪਰਿਵਾਰ ਨੂੰ ਜਿਹੜੀ ਚਾਹੀਦੀ ਆ, ਜਿਹੜੀ ਇਮੋਸ਼ਨਲ ਸਪੋਰਟ ਆ ਉਹਨਾਂ ਦਾ ਜਿਹੜਾ ਹੌਂਸਲਾ ਜਿਹੜਾ ਵਧਾਉਣ ਦੇ ਲਈ ਐਜ਼ ਏ ਕਮਿਊਨਿਟੀ। ਵਾਰ ਵਾਰ ਆਪਾਂ ਇਹ ਗੱਲ ਕਹਿ ਰਹੇ ਹਾਂ ਵੀ ਉਹਨਾਂ ਦੇ ਕੋਲ ਜਿਹੜੇ ਜਾ ਕੇ ਨਾਲ ਰਹੋ, ਜਿੰਨਾ ਚਿਰ ਤੱਕ ਕਾਫੀ ਲੋਕ ਉਹਨਾਂ ਦੇ ਨਾਲ ਮੌਜੂਦ ਨੇ ਉਹ ਉਦੋਂ ਇੰਨਾ ਅਹਿਸਾਸ ਜਿਹੜਾ ਨਹੀਂ ਹੁੰਦਾ ਜਦੋਂ ਇਕੱਲਿਆਂ ਰਹਿ ਜਾਂਦਾ ਹੈ ਪਰਿਵਾਰ। ਉਦੋਂ ਸੰਦੀਪ ਸਿੰਘ ਧਾਲੀਵਾਲ ਉੱਥੇ ਨਹੀਂ ਹੋਣਾ, ਉਹਨਾਂ ਨੇ ਉਦੋਂ ਪਰਿਵਾਰ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਖਲਣਾ ਆ। 3 ਉਹਨਾਂ ਦੇ ਬੱਚੇ ਨੇ, ਇਹ ਉਹਨਾਂ ਦੀ ਵਾਈਫ ਆ, ਉਹਨਾਂ ਦੇ ਪਿਤਾ ਜੀ ਨੇ। ਸੋ ਉਹਨਾਂ ਦੇ ਨਾਲ ਪੂਰਾ ਮੋਢੇ ਦੇ ਨਾਲ ਮੋਢਾ ਡਾ ਕੇ ਜਿਹੜਾ ਉਹ ਤੁਸੀਂ ਰਹੋ, ਉਹਨਾਂ ਨੂੰ ਹੌਂਸਲਾ ਜਿਹੜਾ ਉਹ ਕਰੋ। ਇੱਕ ਹਰਜੋਤ ਸਿੰਘ ਜੀ ਹੋਰ ਜ਼ਰੂਰ ਇੱਕ ਗੱਲ ਕਰਨਾ ਚਾਹੁੰਦਾ, ਜਿੱਦਾਂ ਕੱਲ੍ਹ ਨਾ ਰਵੀ ਸਿੰਘ ਹੁਣੀ ਜਦੋਂ ਪਹੁੰਚੇ ਸੀ ਉਹਨਾਂ ਦੇ ਉਹ ਸੰਸਕਾਰ ਦੇ ਉੱਤੇ ਪਹੁੰਚੇ ਹੋਏ ਸੀਗੇ, ਉਹਨਾਂ ਨੇ ਗੱਲ ਇੱਕ ਵਧੀਆ ਗੱਲ ਕੀਤੀ, ਕਹਿੰਦੇ ਯਾਰ ਮੌਕਾ ਦੇਖਿਆ ਕਰੋ, ਤੁਸੀਂ ਆ ਕੇ ਮੇਰੇ ਨਾਲ ਸੈਲਫੀਆਂ ਖਿਚਾਉਣ ਲੱਗ ਜਾਂਦੇ ਹੋ, ਚਲੋ ਠੀਕ ਹੈ ਜਿਹੜਾ ਮੈਂ ਕੰਮ ਕਰ ਰਿਹਾ ਕਰਦਾ ਹੋਊਂਗਾ, ਪਰ ਇਹ ਜਿਹੜਾ ਮੌਕਾ ਹੁੰਦਾ ਆ ਉਸ ਟਾਈਮ ਦੇ ਉੱਤੇ ਤੁਸੀਂ ਕਿਸ ਮੌਕੇ ਦੇ ਉੱਤੇ ਆਏ ਆ ਉਸ ਦਾ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ। ਬਿਲਕੁਲ ਆਪਾਂ ਨੂੰ ਇਹ ਜਿਹੜੀ ਇੱਕ ਜਿਹੜੀ ਕਹਿ ਲਓ ਵੀ ਸਮਝ ਜਿਹੜੀ ਇਹ ਚਾਹੀਦੀ ਆ ਵੀ ਤੁਸੀਂ ਕਜੇ ਕਿਹੇ ਜਿਹੜੇ ਅਜਿਹੇ ਮੌਕੇ ਦੇ ਉੱਤੇ ਜਾ ਰਹੇ ਹਾਂ ਜਿੱਥੇ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਭੇਂਟ ਕਰ ਰਹੇ ਹਾਂ, ਤੁਸੀਂ ਉੱਥੇ ਜਾ ਕੇ ਸੈਲਫੀਆਂ ਖਿਚਾਉਂਦੇ ਫਿਰ ਉਹ ਇੱਦਾਂ ਫਿਰ ਉਹ ਚੰਗਾ ਜਿਹੜਾ ਉਹ ਨਹੀਂ ਲੱਗਦਾ। ਸੋ ਆਪ ਸਭ ਨੂੰ ਬੇਨਤੀ ਆ ਮੌਕੇ ਦੀ ਸਮੇਂ ਦੀ ਨਜ਼ਾਕਤ ਨੂੰ ਜਿਹੜਾ ਉਹ ਸਾਰੇ ਜਣੇ ਸਮਝਿਆ ਕਰੋ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਠੀਕ ਜਿਹੜੀਆਂ ਫਿਰ ਨਹੀਂ ਲੱਗਦੀਆਂ ਜੀ। ਅਤੇ ਨਾਲੇ ਆਪਾਂ ਸਰੋਤਿਆਂ 'ਚੋਂ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਨਵੀਰ ਸਿੰਘ ਵੱਲੋਂ, ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ, ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ।